ਉਹ ਕਿਵੇਂ ਰਾਣੋ ਕਿਵੇਂ ਕਿਵੇਂ ਆ ਵਧੀਆ ਵਧੀਆ ਹੋਰ ਕਿੱਧਰ ਜਾਣੀ ਆ ਮੈਂ ਤਾਂ ਮੜੇ ਜਿਹਾ ਕੰਮ ਸੀ ਬੁਰਬੁਰ ਕੋਲ ਜਾਂਦੀ ਸੀ ਮੈਂ ਤਾਂ ਅੱਛਾ ਅੱਛਾ ਹੋਰ ਤੇਰੀ ਵਿੱਕੀ ਨਾਲ ਲਵ ਸਟੋਰੀ ਕਿਵੇਂ ਚੱਲਦੀ ਆ ਫਿਰ ਹਾਂ ਵਧੀਆ ਚੱਲਦੀ ਆ ਅੱਛਾ ਅਸ ਤਾਂ ਵਿਆਹ ਕਰਾਉਣਾ ਆ ਅੱਛਾ ਕਿ ਮੰਨ ਕੇ ਤੇਰੇ ਘਰ ਦੇ ਨਾ ਹਜੇ ਤਾਂ ਨਹੀਂ ਮੰਨੇ ਹੈਗੇ ਮਨਾਉਣ ਦੀ ਟਰਾਈ ਤਾਂ ਕਰਦੀ ਆ ਕੋਈ ਨਾ ਮੰਨ ਜਾਣਗੇ ਆ ਤਾਂ ਜੇ ਨਾ ਮੰਨੇ ਫਿਰ ਫਿਰ ਭੱਜ ਕੇ ਵਿਆਹ ਕਰਾ ਲਾਂਗੀ ਨਾ ਯਾਰ ਰਾਣੂ ਇਹ ਕੰਮ ਨਾ ਕਰੀ ਤੇਰੇ ਮਾਂ ਪਿਓ ਨੇ ਤੈਨੂੰ 25 ਸਾਲ ਪਾ ਲਿਆ ਹੈ ਇੰਨਾ ਵੱਡਾ ਕੀਤਾ 20-25 ਸਾਲ ਘੱਟੋ ਘੱਟ ਤੇ ਉਹ ਬੰਦੇ ਨਾਲ ਤੇਰੇ ਪਿਆਰ ਨੂੰ ਹਜੇ ਸਾਲ ਹੀ ਹੋਇਆ ਹੈ ਉਹਦੇ ਪਿੱਛੇ ਤੂੰ ਆਪਦੇ ਮਾਪਿਆਂ ਨੂੰ ਕਿਉਂ ਧੋਖਾ ਦੇ ਰਹੀ ਹੈ ਯਾਰ ਓਹੋ ਮੈਂ ਕਿਹੜਾ ਐਂ ਕਰਨ ਲੱਗੀ ਹਾਂ ਜੇ ਤਾਂ ਮੰਨ ਗਏ ਠੀਕ ਹੈ ਕੋਈ ਗੱਲ ਨਹੀਂ ਮੈਂ ਤਾਂ ਉਹਨਾਂ ਨੂੰ ਇੰਨਾ ਫੋਰਸ ਨਹੀਂ ਕਰਦੀ ਮੈਂ ਯਾਰ ਦੇਖ ਤੇਰਾ ਚੰਗਾ ਦੋਸਤ ਹਾਂ ਨਾ ਤੈਨੂੰ ਸਿਆਣੀ ਮੱਤ ਦੇਊਂਗਾ ਆਪਣੇ ਮਾਪਿਆਂ ਨੂੰ ਕਦੇ ਵੀ ਧੋਖਾ ਨਾ ਦੇ ਚਾਹੇ ਉਹਦੇ ਨਾਲ ਵਿਆਹ ਨਾ ਕਰਾਈ ਬਾਕੀ ਚੰਗਾ ਦੋਸਤ ਹੋਣ ਦੇ ਨਾਤੇ ਮੈਂ ਤੈਨੂੰ ਇਹ ਵੀ ਦੱਸਾਂਗਾ ਯਾਰ ਉਹ ਚੰਗਾ ਮੁੰਡਾ ਨਹੀਂ ਹੈਗਾ ਬਹੁਤ ਧੋਖੇਬਾਜ਼ ਮੁੰਡਾ ਹੈਗਾ ਉਹ ਤੇਰੇ ਨਾਲ ਪਿਆਰ ਨੂੰ ਸਿਰੇ ਨਹੀਂ ਚਾੜ ਸਕਦਾ ਅੱਜ ਨਹੀਂ ਤਾਂ ਕੱਲ੍ਹ ਤੈਨੂੰ ਧੋਖਾ ਦੇਊਗਾ ਉਹ ਜਾਣ ਬੁੱਝ ਕੇ ਤੈਨੂੰ ਫਸਾ ਰਿਹਾ ਆਪਣੇ ਪਿਆਰ ਦੇ ਜਾਲ 'ਚ ਠੀਕ ਆ ਬਹੁਤ ਸਾਰੀਆਂ ਕੁੜੀਆਂ ਨੂੰ ਧੋਖਾ ਦਿੱਤਾ ਉਹਨੂੰ ਬਸ ਕਰ ਯਾਰ ਕਿਉਂ ਭੜਕਾਈ ਜਾਂਦਾ ਮੈਨੂੰ ਉਸ 'ਤੇ ਬਹੁਤ ਭਰੋਸਾ ਆ ਮੇਰੇ 'ਤੇ ਭਰੋਸਾ ਨਹੀਂ ਤੈਨੂੰ ਮੈਂ ਤੈਨੂੰ ਝੂਠ ਬੋਲ ਰਿਹਾ ਯਾਰ ਮੈਂ ਇਹ ਚੀਜ਼ਾਂ ਅੱਖੀ ਦੇਖੀਆਂ ਨੇ ਉਹ ਕਰਦਾ ਹੈਗਾ ਬਹੁਤ ਸਾਰੀਆਂ ਕੁੜੀਆਂ ਧੋਖਾ ਦਿੱਤਾ ਮੇਰੇ ਕੋਲ ਸਬੂਤ ਵੀ ਪਏ ਨੇ ਚੀਜ਼ਾਂ ਦੇ ਯਾਰ ਜੋ ਵੀ ਹੈ ਤੇਰੇ ਕੋਲ ਸਬੂਤ ਨੇ ਪਰ ਮੈਂ ਨਹੀਂ ਮੰਨ ਸਕਦੀ ਹੈਗੀ ਤੂੰ ਤਾਂ ਉਹਦੇ ਪਿਆਰ 'ਚ ਨਹੀਂ ਹੋਈ ਹੈ ਨਾ ਤੈਨੂੰ ਤਾਂ ਕੁਛ ਵੀ ਚੰਗਾ ਨਹੀਂ ਲੱਗਦਾ ਉਹਦੇ ਵਿਰੁੱਧ ਕੋਈ ਨਾ ਇੱਕ ਨਾ ਇੱਕ ਦਿਨ ਤੈਨੂੰ ਜ਼ਰੂਰ ਪਛਤਾਉਣਾ ਪਊਗਾ ਹੈ ਕੋਈ ਨਾ ਦੇਖਾਂਗੇ ਜਦੋਂ ਪਛਤਾਉਣਾ ਪਵੇ ਤੂੰ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰ ਪਲੀਜ਼ ਚੰਗਾ ਮੈਂ ਚੱਲਦੀ ਹਾਂ ਚੰਗਾ ਗੁੱਸਾ ਨਾ ਮੰਨੀ ਚੰਗਾ 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 ਦੋਸਤ ਹੋਣ ਦੇ ਨਾਤੇ ਤੈਨੂੰ ਦੱਸਦਾ ਸਮਝ ਗਈ ਮੈਂ ਤੇਰੀ ਗੱਲ ਤੂੰ ਵੀ ਸਮਝ ਮੇਰੀ ਗੱਲ ਚੱਲ ਠੀਕ ਅੱਗੇ ਤੋਂ ਮੈਂ ਇਹੀ ਗੱਲ ਨਹੀਂ ਕਰਦਾ ਪਰ ਮੇਰੀ ਗੱਲ ਦਾ ਗੁੱਸਾ ਨਾ ਕਰੀ ਚੰਗਾ ਚੰਗਾ ਇਹਨੂੰ ਕੀ ਪਤਾ ਇਹ ਤਾਂ ਭੋਲੀ ਆ ਕਿ ਕਿੱਡਾ ਵੱਡਾ ਧੋਖੇਬਾਜ਼ ਆ ਉਹ ਚੱਲ ਕੋਈ ਨਾ ਸਮਾਂ ਆਉਣ 'ਤੇ ਇਹਨੂੰ ਆਪ ਹੀ ਪਤਾ ਲੱਗ ਜਾਊ ਫਿਰ ਮੇਰੇ ਕੋਲ ਆ ਕੇ ਇੱਕ ਦਿਨ ਕਹੂ ਜ਼ਰੂਰ ਇਹ ਬਈ ਮੇਰੀ ਮਦਦ ਕਰ ਉਹਨੇ ਮੇਰੇ ਨਾਲ ਧੋਖਾ ਕਰਤਾ ਚਲੋ ਮੈਂ ਤਾਂ ਫਿਰ ਵੀ ਮਦਦ ਕਰੂੰਗਾ ਤਾਂ ਵੀ ਇਹਦਾ ਬਚਪਨ ਦਾ ਦੋਸਤ ਹਾਂ ਚਲੋ ਭੋਲੀ ਆ ਵਿਚਾਰੀ ਆ ਜੂ ਸਮਝ ਹੌਲੀ ਹੌਲੀ ਮੈਨੂੰ ਐਡਾ ਵੱਡਾ ਧੋਖਾ ਦੇ ਤਾ ਮੈਨੂੰ ਤਾਂ ਹੈ ਉਮੀਦ ਹੀ ਨਹੀਂ ਸੀ ਮੇਰੇ ਜਿਸਮ ਨੂੰ ਹੀ ਪਿਆਰ ਕਰਦਾ ਸੀ ਉਹ ਕਿਹੜੇ ਮੂੰਹ ਨਾਲ ਘਰੇ ਜਾਵਾਂ ਮੈਂ ਘਰ ਦੀ ਰਹੀ ਨਾ ਘਰ ਦੀ ਮੈਨੂੰ ਤਾਂ ਸ਼ਰਮ ਆਉਂਦੀ ਹੈ ਬਾਪੂ ਕੀ ਕਹੂਗਾ ਅਤੇ ਵੀਰਾ ਕਿਸੇ ਜੋਗਾ ਨਹੀਂ ਛੱਡਿਆ ਉਹਨੇ ਮੈਨੂੰ ਚੱਲ ਮਨਾ ਘਰ ਤਾਂ ਜਾਣਾ ਹੀ ਪੈਣਾ ਹੋਰ ਮੇਰੇ ਕੋਈ ਚਾਰਾ ਵੀ ਨਹੀਂ ਹੈਗਾ ਮੈਨੂੰ ਤਾਂ ਡਰ ਲੱਗੀ ਜਾਂਦਾ ਬਾਪੂ ਬੋਲੂ ਬਹੁਤ ਅਤੇ ਵੀਰਾ ਮੇਰੇ ਕੋਲ ਤਾਂ ਹਿੰਮਤ ਹੀ ਨਹੀਂ ਹੋ ਰਹੀ ਗੇਟ ਖੜਕਾਵਾ ਕਿ ਨਾ ਚਲੋ ਖੜਕਾਉਣਾ ਤਾਂ ਪੈਣਾ ਹੀ ਉਹ ਬਾਪੂ ਕੀ ਕਰੀ ਜਾਂਦਾ ਹੈ ਰਾਣੋ ਤੂੰ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤਾਂ ਠੀਕ ਹੈ ਤੂੰ ਹੁਣ ਕੀ ਕਰਨ ਆਈ ਹੈ ਵੀਰੇ ਮੈਨੂੰ ਮਾਫ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਉਹ ਤੇਰੀ ਗਲਤੀ ਮਾਫੀ ਦੇ ਲੇਖ ਨਹੀਂ ਨਾਲੇ ਤੇਰੇ ਇਸ ਘਰ 'ਚ ਕੋਈ ਜਗ੍ਹਾ ਨਹੀਂ ਉੱਥੇ ਜਾ ਜਿੱਥੇ ਭੱਜ ਕੇ ਗਈ ਸੀ ਵੀਰੇ ਮੈਂ ਤੇਰੇ ਮੂਹਰੇ ਹੱਥ ਜੋੜਦੀ ਹਾਂ ਮੇਰੇ ਤੋਂ ਹੱਥ ਵਾਲੇ ਕੋਈ ਗਲਤੀ ਨਹੀਂ ਹੁੰਦੀ ਹੈਗੀ ਉਹ ਯਾਰ ਤੂੰ ਉਦੋਂ ਨਹੀਂ ਸੋਚਿਆ ਹੈਗਾ ਘੱਟੋ ਘੱਟ ਕੰਮ ਸੇ ਕੰਮ ਤੂੰ ਮੇਰੀ ਆ ਪੱਗ ਗਣੀ ਤਾਂ ਦੇਖ ਲੈਂਦੀ ਮੇਰੀ ਪੱਗ ਤਾਂ ਰੋਲਤੀ ਤੈਂ ਮਿੱਟੀ 'ਚ ਰੋਲਤੀ ਮਾੜੀ ਮੋਟੀ ਸ਼ਰਮ ਕਰ ਲੈਂਦੀ ਲੋਕ ਮੈਨੂੰ ਸਲਾਮਾਂ ਕਰਦੇ ਨੇ ਤੂੰ ਮੇਰੀ ਜਮੀ ਮਿੱਟੀ ਪਲੀਤ ਕਰਤੀ ਮਾੜਾ ਮੋਟਾ ਤਾਂ ਆਪਦੇ ਬਾਪ ਦੀ ਪੱਗ ਬਾਰੇ ਦੇਖ ਲੈਂਦੀ ਰਾਣਾ ਉਹ ਰਿਸ਼ੀ ਕਰ ਤੇ ਕੋਈ ਜਗ੍ਹਾ ਨਹੀਂ ਦੇਖ ਲੈਂਦੀ ਤੂੰ ਜਾ ਸਕਦੀ ਘਰ 'ਚੋਂ ਵੀਰੇ ਮੈਨੂੰ ਮਾਫ ਕਰ ਦੋ ਨਾ ਨਾ ਤੇਰੇ ਵਾਸਤੇ ਇਸ ਘਰ 'ਚ ਕੋਈ ਜਗ੍ਹਾ ਨਹੀਂ ਜਿੱਥੇ ਮਰਜ਼ੀ ਜਾ ਤੂੰ ਸਾਨੂੰ ਪੁੱਛ ਕੇ ਕਦਮ ਚੱਕਿਆ ਦੀ ਉਦੋਂ ਬਾਪੂ ਹੁਣ ਜਾਣੇ 'ਚ ਗਲਤੀ ਹੋ ਗਈ ਮੇਰਾ ਗਲਤੀਆਂ ਅਣਜਾਣਪਣੇ 'ਚ ਹੀ ਹੁੰਦੀਆਂ ਨੇ ਪੁੱਤ ਤੇਰੀ ਅਣਜਾਣੇ 'ਚ ਹੋ ਗਈ ਸਾਡੀ ਤਾਂ ਸੋਚੀ ਨਹੀਂ ਤੈਂ ਸਾਡੇ ਬਾਰੇ ਤਾਂ ਕੁਛ ਨਹੀਂ ਸੋਚਿਆ ਜਿਹੜੀ ਸਾਡੀ ਪਿੰਡ 'ਚ ਥੂ ਥੂ ਹੋ ਗਈ ਹੁਣ ਜਦੋਂ ਜੀ ਕਰਿਆ ਕਰੋ ਮੂੰਹ ਚੱਕ ਕੇ ਨਿਕਲ ਗਈ ਜਦੋਂ ਜੀ ਕਰਿਆ ਘਰ 'ਚ ਆ ਗਈ ਜਿਹੜਾ ਹੁਣ ਤੈਨੂੰ ਲੈ ਕੇ ਗਿਆ ਤੇ ਉਹਨੇ ਰੱਖਿਆ ਨਹੀਂ ਤੈਨੂੰ ਬਾਪੂ ਜੀ ਤਾਂ ਬਹੁਤ ਵੱਡਾ ਧੋਖੇਬਾਜ਼ ਨਿਕਲਿਆ ਉਹਨੇ ਮੇਰੇ ਨਾਲ ਪਤਾ ਨਹੀਂ ਕੀ ਕੀਤਾ ਇਹੋ ਜਿਹੇ ਕੰਮਾਂ 'ਚ ਧੋਖੇ ਹੁੰਦੇ ਨੇ ਪੁੱਤ ਤੈਨੂੰ ਮੈਂ ਤਾਂ ਕਿਹਾ ਨਾ ਹੁਣ ਵੀ ਔਲੇ ਦਾ ਖਾਧਾ ਸਿਣੇ ਦਾ ਕਿਹਾ ਬਾਅਦ 'ਚ ਪਤਾ ਲੱਗਦਾ ਤੂੰ ਤਾਂ ਸਾਡੀ ਇੱਕ ਵੀ ਨਹੀਂ ਸੁਣੀ ਨਾ ਆਪਦੇ ਭਾਈ ਗਣੀ ਦੇਖਿਆ ਨਾ ਆਪਦੇ ਪਿਓ ਦੀ ਪੱਗ ਗਣੀ ਦੇਖਿਆ ਤੈਂ ਸਾਡੀ ਤਾਂ ਮਿੱਟੀ ਪਲੀਤ ਕਰਤੀ ਤੈਂ ਬਾਪੂ ਮੈਂ ਮੰਨਦੀ ਹਾਂ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਪਰ ਮੈਨੂੰ ਹੁਣ ਮਾਫ਼ ਵੀ ਕਰ ਦਿਓ ਬਾਪੂ ਕਾਹਨੂੰ ਬਕਵਾਸ ਕਰੀ ਜਾਂਦਾ ਜਦ ਇਹ ਬਾਰਡਾ ਇਹਨੂੰ ਕੱਢ ਘਰੋਂ
ਜਾ ਤੂੰ ਜਾ ਕੁੜੀਏ ਜਾ ਨਾ ਨਾ ਤੂੰ ਜਾ ਤੇਰੇ ਵਾਸਤੇ ਇਸ ਘਰ ਚ ਕੋਈ ਜਗ੍ਹਾ ਨਹੀਂ ਬਾਪੂ ਮੈਂ ਕਿੱਥੇ ਜਾਵਾਂ ਜਿੱਥੇ ਮਰਜ਼ੀ ਜਾ ਭਾਈ ਜਿੱਥੇ ਮਰਜ਼ੀ ਜਾ ਪੁੱਤੋਂ ਜਿੱਥੇ ਮਰਜ਼ੀ ਦੇਖ ਮਾਫ ਕਰ ਦੋ ਤੂੰ ਹੁਣ ਧੀ ਕਹਾਉਣ ਦੇ ਵੀ ਲਾਇਕ ਨਹੀਂ ਐ ਕਾਤੋਂ ਕਰਦੇ ਹੋ ਤੁਸੀਂ ਮੈਨੂੰ ਮਾਫ ਕਰ ਦੋ ਨਾ ਤੂੰ ਜਾ ਆਪਦਾ ਬਸ ਤੈਨੂੰ ਕਹਿ ਤਾ ਨਾ ਬਸ ਗੁੱਡਾ ਕਿੰਗੇ ਬੰਦਾ ਰਿਹਾ ਮੁੰਡਾ ਬਾਪੂ ਮੇਰੀ ਗੱਲ ਤਾਂ ਸੁਣ ਲੋ ਬਾਪੂ डाल भी रब ओनू कदे नहीं बख्शूगा ओने तो मेनू इन्ना मजबूर करता सिर्फ ओने जिस्म नाल प्यार किता मेरे हाय रब्बा एक मेरी गलती करके मेरे बापू नूं ते मेरे पीरे नूं इन्ना कुछ सुनना पिया रब्बा तेरे लख लख शुक्र ऐसे बंदे नूं ते रब भी ना बख्शे हुण ऐसे जमाना है विश्वास किस ते करे ना करे बस प्यार नाम ते जिस्म दी भौखा फिर उरे की गल होगी मिलना ही है वैसे गल तो की होनी है की हो गया तू मेरा दोस्त है हना मैं ये समझ नहीं आ रही मैं गल करा कि ना करा मैं ये गल किसी नूं दसी है तू मेरे नारा नूं अजे तक सारी गल शेयर कर दी है ना आप एक चंगे दोस्त आगे तू दस दे की गल हो सकता मैं तेरी जिथों तक हुई मदद भी करूँगा की गल होगी तू विह करवा लिया सी ना घरों भज के हाँ मैं घरों भज गई सी हूँ की गल तू मिलना ही है कि गल होगी तेरे घर के बरतन के बरतन लागे गल तो दस की हुई है कोई नहीं मैं तेन दस दी हाँ आप कित बह जाइए बस सूरी खड़ जाने कोई गल नहीं दस तू की गल पूरे कोई है मैं विह तो करा लिया हाँ भज भी गई सी तो मैं पता इतों तक तो अगे की हुआ उन्हें विह जाके कराया कि कराया नहीं तेरे करा लिया विह उन्हें मैंने बहुत व्डा धोखा दिता नाले ब्याह करा लेना लेकिन धोखा दिता हो की गया ओ जिस्म दा सौदा करदा सी नशे बाले करदा सी ओ अच्छा नशा उन्हूं इन्नी आदत पै गई सी ना उन्हें मैनू वेचना शुरू करता वो तो राणू मैं तैनूं पहलां भी दस्या सी भी बंदा बेकार वो तो तू मेरी एक एक नहीं करने च पाई कहिंदी मैं ब्याह करवाउणा तां उहदे नाल करवाउणा कहिंदी उह है जिहे बंदे नहीं मैं तैनूं दस्या सी ना कि उह बहुत वड्डा धोखेबाज आ बहुत कुड़ियां नाल उहने इस तरह कीता देखी मैनू नहीं पता सी एडा वड्डा धोखेबाज निकलेगा मैं तो उसते रब जिन्ना भरोसा करिया हुण इत्थे मेरे ना तू नशे पिछे की करन लग गया सी फिर दस तां रही आ उहने मैनू बेचिया कदे किथे मेरी दलाली करन लई शुरू करती सी उहने एडा घटिया बंदा यार इन्ना तां मैं भी नहीं सी सुणिया उहदे बारे कदे कि अपनी पत्नी नाल ही इह कर लूगा ब्याह काणू उहने तां मैनू बरतन वास्ते आह कुछ कीता सब मैं मसा बच बचा के आई हूँ तू चल बढ़िया रही हजे भी तू उस नरक चो निकल रही मेरी तो बहुत बेइज्जती होगी मेरा बीरा ते बापू मैं ना बहुत गुस्सा आने चल हजे भी बढ़िया रही तू संभल गई जिंदगी बहुत लम्मी है जिंदगी च दुख सुख तो आउंदी रहने मेरा जी नहीं करता जी हुण बहुत ताने सुनने पैंदे ने रोज़ गल्लां सुननियां पैंदियां मैनू तो घरे भी नहीं रख रहे सी मसा रखिया उन्होंने कोई गल नहीं राणो जिंदगी चाहे ऊंच नीचा आँदी रही जिंदगी एक संघर्ष आ ये चाहे धोखे धड़िया दुख सुख आँदी रहने तू जिंदगी लड़ना सीख ठीक है किसी प्रकार की कोई प्रॉब्लम नहीं आऊगी
जिथे तक हो सकी मैं भी तेरी मदद करूँ कदों मर्जी दस दी ठीक है लोड़ पैन ते मैं तेरी जरूर काम आऊंगा चल ठीक है तू मेरा दोस्त नंबर तो मेरा है ना तेरे को बापू मैं तेरे एक गल करनी थी हूं कुड़ी जी ने जहा जा कुछ करना जी करता बदनामी कराती बहुत हो गई भज के बदनामी कराई अपनी हूँ घरे आके बैठ गई हूँ फिर लोग गल करते लोग तो करे हूँ कि हार पेंदे ने अपने हाँ वो तो बापू तेरे मैं एक ऐ गल करता थी एक मेरा दोस्त है जग्गी अच्छा हाँ वो भी पहला वह ब्याह होया हो पिंड इतनी हरेऊ हरेऊ अच्छा हाँ पहला ब्याह होया होती वो घर वाली उन्होंने छड़ गई अच्छा हाँ मतलब तलाक होया तलाक होया किसी गलों हो गया होना चलो अपन दखियो नहीं हाँ तो हूँ अपनी कुड़ी भी रल छी वर्गी हूँ जो उ ब्याह करा के भजे ही होना हाँ भजे ही मैं तो ऐ कहना मेरे दोस्त ना गल कर ला ना वो आप ब्याह कर देंगे तू ए कर उन्होंने बुला के घरें बुला ला घरें बुला ला उत्थे जाके गल करनी उत्थे जाके गल कर ला ठीक है उन्होंने कहते भी बाला कुछ नो नहीं कला आ जी उन्हें बाप आजू नाल यदा फाहा वढ़ पर इतने होर कि मिट्टी पीली दू ऐ नहीं पता होर कोई चंद चाड़ दे उ गल मैं करदा बापू हूँ अगला कोई आंदा देखता करता सोचता भी कुड़ी कहते बैठी है घर बैठिया रखी है उन्होंने की दसीए भी आ कुछ करके आई है हूँ बापू फिर मैं गल कर लाना गल बुला के कर ला गल हाँ तोर देंगे अपना बोझ उतर जूगा नहीं और फिर करना ही पूना ये लक्षण करके ना मेरा साग भी नहीं होना है साग तू भाल दें डोले जो घरें धी बैठी हुई फिर अगला कहता धी तो घरें बैठिया रखी है और उ गल है जी रान कट्टा कोई आऊगा ਤਾਂ ਸਾਕ ਹੋ ਜੂਗਾ ਮੇਰਾ ਨਹੀਂ ਇਹਨੇ ਨਾ ਮੇਰੇ 'ਤੇ ਠੁੱਲਾ ਮਾਰਤਾ ਹੋਰ ਉਹੀ ਗੱਲ ਹੈ ਵੀ ਮਾੜਾ ਕਿਤੇ ਆਵੇ ਨਾ ਮਾੜਾ ਜੰਮੇ ਨਾ ਬਸ ਉਹੀ ਗੱਲ ਹੈ ਬਾਪੂ ਤਾਂ ਜਿਹੜਾ ਦਾਗ ਲੱਗਣਾ ਸੀ ਲੱਗ ਗਿਆ ਉਹ ਚੱਲ ਉਹ ਤਾਂ ਹੁਣ ਆਏ ਤੀ ਵੀ ਚੱਲ ਪਾਟੀ ਘੱਟ ਗਈ ਰੰਦ ਪਰਾਂ ਭੱਜ ਗਈ ਉਦੋਂ ਦਾਗ ਲੱਗਣ ਲੱਗ ਗਏ ਤਾਂ ਦੁਬਾਰੇ ਆ ਕੇ ਦਰਾਂ 'ਚ ਫਿਰ ਬੈਠ ਗਈ ਹੋਰ ਇਹ ਉਦੋਂ ਵੀ ਸ਼ਰਮੀ ਵਾਲਾ ਕੰਮ ਹੈ ਉਹੀ ਤਾਂ ਗੱਲ ਹੈ ਜਦੋਂ ਐਂ ਕਰ ਫਿਰ ਸਵੇਰੇ ਕਰ ਲੈ ਗੱਲਬਾਤ ਚੱਲ ਕੋਈ ਨਾ ਬਾਪੂ ਹਾਂ ਮੈਂ ਕਰ ਲਾਂ ਗੱਲ ਠੀਕ ਹੈ ਨਾਲੇ ਮੈਂ ਇੱਧਰ ਗੇੜਾ ਜਿਹਾ ਮਾਰਿਆ ਵਾਂ ਖੇਤ ਜਾਂਦਾ ਹਾਂ ਖੇਤ ਜਾ ਕੇ ਆਉਣਾ ਜਾ ਆ ਫਿਰ ਬਹੁਤ ਬਹੁਤ ਕਦੋਂ ਕੁ ਬੀਜੋਗੇ ਬਸ ਬਾਪੂ ਦੋ ਚਾਰ ਦਿਨਾਂ 'ਚ ਬੀਜ ਦਾਂਗੇ ਹਲੇ ਤਾਂ ਥੋੜ੍ਹੀ ਜਿਹੀ ਗੇਤੀ ਜੀ ਹੈ ਮਹਾਂ ਆ ਚੱਲ ਦੇਖ ਕੇ ਬੀਜ ਦਿਓ ਹਾਂ ਚੱਲ ਠੀਕ ਹੈ ਜਾ ਆ ਚੰਗਾ ਹਾਂ ਬਾਈ ਕੀ ਹਾਲ ਚਾਲ ਹੈ ਵਧੀਆ ਬਾਈ ਜੱਗੀ ਵਧੀਆ ਅੱਛਾ ਕਿਵੇਂ ਬੁਲਾਇਆ ਸੀ ਬਾਈ ਬਹਿ ਜਾ ਕੋਈ ਮੈਂ ਦੱਸਦਾ ਮੈਂ ਤੁਹਾਨੂੰ ਉਹ ਤੇਰੇ ਤੱਕ ਕੰਮ ਸੀ ਮੈਨੂੰ ਇੱਕ ਕੀ ਕੰਮ ਸੀ ਬਾਈ ਤੈਨੂੰ ਵੀ ਪਤਾ ਵੀ ਤੇਰਾ ਵੀ ਵਿਆਹ ਹੋਇਆ ਹੋਇਆ ਪਹਿਲਾਂ ਹਾਂ ਠੀਕ ਹੈ ਤੈਨੂੰ ਵੀ ਤੇਰੇ ਘਰ ਵਾਲੀ ਨੇ ਛੱਡਿਆ ਹੋਇਆ ਠੀਕ ਹੈ ਤੈਨੂੰ ਪਤਾ ਮੇਰੀ ਭੈਣ ਦਾ ਵਿਆਹ ਹੋਇਆ ਪਹਿਲਾਂ ਉਹ ਵੀ ਹੁਣ ਘਰੇ ਆ ਰਹੀ ਹੈ ਠੀਕ ਹੈ ਮੈਂ ਤਾਂ ਐਂ ਕਹਿੰਦਾ ਸੀ ਵੀ ਇੱਕ ਯਾਰੀ ਦੋਸਤੀ ਦੇ ਨਾਂ 'ਤੇ ਤੂੰ ਮੇਰੀ ਭੈਣ ਨਾਲ ਵਿਆਹ ਕਰਾ ਲੈ ਅਪਣਾ ਲੈ ਉਹਨੂੰ ਅੱਛਾ ਹਾਂ ਜੇ ਤੂੰ ਕਹੇ ਤਾਂ ਮੈਂ ਗੱਲ ਕਰ ਲੈਣਾ ਉਹਦੇ ਨਾਲ ਮੇਰੀ ਭੈਣ ਨਾਲ ਰਹਿਣ ਵਾਲਾ ਚਲੋ ਸੋਚਾਂਗੇ ਬਾਈ ਕੋਈ ਨਹੀਂ ਦੱਸਾਂਗੇ ਰਾਣੋ ਪਾਣੀ ਲਿਆ ਇਹ ਆਹੀ ਆ ਬਾਈ ਜੱਗੀ ਮੇਰੀ ਭੈਣ ਅੱਛਾ ਬਾਈ ਲੈ ਰਾਣੋ ਲੈ ਜਾ ਭਾਂਡੇ ਨਾ ਕੋਈ ਨਾ ਰਾਣੋ ਫਿਰ ਬਣਾ ਲੈ ਆਹੀ ਆ ਜੱਗੀ ਮੇਰੀ ਭੈਣ ਬਾਈ ਠੀਕ ਹੈ ਯਾਰ ਇੱਕ ਆਪਣਾ ਮੂੰਹ ਪਿਆਰ ਹੈਗਾ ਮੁਹੱਬਤ ਹੈਗੀ ਪਰ ਤੈਨੂੰ ਯਾਰ ਇੱਕ ਗੱਲ ਦੱਸਣੀ ਸੀਗੀ ਹਾਂ ਬਾਈ ਦੱਸਾਂ ਗੱਲ ਐਂ ਹੈਗੀ ਇਸ ਕੁੜੀ ਦਾ ਮੇਰੇ ਪਿੰਡ ਦੇ ਮੁੰਡੇ ਨਾਲ ਵਿੱਕੀ ਨਾਲ ਵਿਆਹ ਹੋਇਆ ਸੀ ਬਾਈ ਅੱਛਾ ਤੇਰੇ ਪਿੰਡ ਦਾ ਉਹ ਹਾਂ ਅੱਛਾ ਬਾਈ ਇਸ ਬੰਦੇ ਬਾਰੇ ਤੈਨੂੰ ਕੀ ਦੱਸਾਂ ਉਹ ਤਾਂ ਨਾ ਆਪਣੇ ਨਸ਼ੇ ਵਾਸਤੇ ਇਸ ਕੁੜੀ ਨੂੰ ਵੇਚਦਾ ਰਿਹਾ ਹੈਗਾ ਆਪਣੇ ਯਾਰਾਂ ਦੋਸਤਾਂ 'ਚ ਅੱਛਾ ਤੈਨੂੰ ਹੋਰ ਕੀ ਦੱਸਾਂ ਇਸ ਕਰਕੇ ਮੈਂ ਇਸ ਕੁੜੀ ਨਾਲ ਵਿਆਹ ਨਹੀਂ ਕਰਾ ਸਕਦਾ ਵੀਰੇ ਆਪਣੀ ਯਾਰੀ ਦੋਸਤੀ ਹੈ ਮੂੰਹ ਪਿਆਰ ਹੈ ਠੀਕ ਹੈ ਉਹ ਜੱਗੀ ਹੋਰ ਹੋਣੀ ਕੁੜੀ ਉਹ ਨਹੀਂ ਨਹੀਂ ਬਾਈ ਬਾਈ ਇੰਨੀ ਗਿਰੀ ਹੋਈ ਨਹੀਂ ਸੀ ਭੈਣ ਹਾਂ ਮੈਂ ਮੰਨਦਾ ਵੀ ਭੱਜ ਕੇ ਵਿਆਹ ਕਰਾਇਆ ਸੀ ਇਹਨੇ ਪਰ ਇਹ ਨਹੀਂ ਹੋ ਸਕਦਾ ਵੀ ਇਹ ਜਣੇ ਖਣੇ ਨਾਲ ਵਿਆਹ ਕਰਵਾ ਲਏ ਬਾਈ ਦੇਖ ਗੁੱਸਾ ਤਾਂ ਨਾ ਕਰੀ ਤੂੰ ਮੇਰਾ ਭਾਈ ਹੈ ਹੈ ਨਾ ਭਾਈ ਦੇ ਨਾਤੇ ਜੀ ਤੈਨੂੰ ਮੈਂ ਕਹਿ ਰਿਹਾ ਵੀ ਯਾਰ ਇਸ ਕੁੜੀ ਨਾਲ ਮੈਂ ਵਿਆਹ ਨਹੀਂ ਕਰਾ ਸਕਦਾ ਮੈਂ
खा के मरना मंजूर है मैं कुछ। चल भाई कानू खा के तो कानू मरना है, कोई ना तेरी मर्जी है भाई। चलो ठीक है भाई, कोई ना चाह पानी पीना हो रहा? ना ना बस भाई मेहरबानी। चल ठीक है भाई, कोई ना। चल ठीक है भाई, चंगा। किवें हो सकता यार, कुड़ी ने तो थों थों खे कराती मेरी जमा। ओ बापू जिहड़ी मैं तैनूं कहा नहीं ती जग्गी? हाँ दोस्त हरेऊ वाला। हाँ तू कहिंदी जग्गी हैगा मुंडा हरेऊ। हाँ मैं इहदे नाल करी ती गल। अच्छा हुण तां मैं तैनूं की दसां, हुण चुप जे फायदा जिहड़ियां गल्लां उह कर गए उहनां तों मैं तरलवे कर सकदा। अच्छा हाँ गल मुकदी वी उह तां जवाब दे गया वी इहदे नाल ब्याह नहीं करा सकदा, इक तेरे दोस्त दे नां ते। अच्छा कुड़ी नाल ब्याह करा नहीं सकदा मैं। जवाब दे गया है? जवाब दे गया। वो यार एक मैं चल मैं होर किसी ने गल करी जी। हाँ मुंडा हैगा, उमर तो हैगी उहदी बड्डी, 40-42 साल की उम्र होगी। वो चल बापू बड़ी नू की है, पर वो रिश्ते नू दोए हत्थी कहंदा है, कहंदा चुन्नी चढ़ा के लै जांगे, कहंदा मेरी रोटी पकदी हो जू। अच्छा भी आपां जे उत्थे करके गलबात चुन्नी चढ़ा के इहनू तोड़ दिंदे उत्थे। वधिया बापू, होर तैनू कोई हुण बसाउंदा नहीं। ਆਪਾਂ ਕਹਾਂਗੇ ਵੀ ਕਿਆ ਕੁਮਾਰੇ ਮੁੰਡੇ ਨਾਲ ਬਹਿ ਦਾਂਗੇ। ਹਾਂ ਚਲੋ ਇੱਕ ਵਾਰੀ ਇੱਜ਼ਤ ਨੂੰ ਦਾਗ ਲੱਗਿਆ ਉਤਰਦਾ ਨਹੀਂ ਹੁੰਦਾ, ਉਤਰਦਾ ਨਹੀਂ। ਹਾਂ ਠੀਕ ਹੈ, ਹੁਣ ਅਸੀਂ ਕਹਿੰਦੇ ਹਾਂ ਬਾਪੂ ਜੋ ਜਿਹੜਾ ਵਿਚੋਲਾ ਆਇਆ ਸੀ ਉਹਦੇ ਨਾਲ ਗੱਲ ਕਰ ਲਈ, ਇਹਦਾ ਫਾਹਾ ਵੜ ਦਾਂਗੇ। ਮੈਂ ਸਵੇਰੇ ਗੱਲ ਕਰਕੇ ਫਿਰ ਸਵੇਰੇ ਕਰਕੇ ਗੱਲ ਉਹਦੇ ਨਾਲ ਫਾਹਾ ਵੜਦਾ ਨਾ। ਬਸ ਐਤਵਾਰ 'ਤੇ ਰੱਖ ਲੈ, ਐਤਵਾਰ ਨੂੰ ਆਪਦਾ ਕਰਕੇ ਇਹਦਾ। ਹਾਂ ਬਸ ਕੱਟਾ ਕੱਟੀ ਕਰੇ ਦੇਵਾਂਗੇ, ਤੋਰੇ ਦੇਵਾਂਗੇ, ਤੋਰ ਲੈਣਾ। ਹੁਣ ਟੈਂਟ ਲਾਉਣੇ ਨੇ, ਟੈਂਟ ਦੀ ਕੀ ਲੋੜ ਹੈ, ਬਥੇਰੇ ਟੈਂਟ ਲਾ ਦੇ ਪਹਿਲਾਂ। ਹਾਂ ਹੁਣ ਤਾਂ ਕੰਮ ਨਵੇੜਨ ਦੀ ਕਰਾਂਗੇ ਆਪਾਂ। ਚੱਲ ਮੈਂ ਸਵੇਰੇ ਗੱਲ ਕਰਕੇ ਨਾ, ਫਿਰ ਤੂੰ ਇਹਦਾ ਕੁੜੀ ਨਾਲ ਗੱਲ ਕਰ ਲਈ। ਬਾਪੂ ਕੁੜੀ ਨਾਲ ਕੀ ਗੱਲ ਕਰਨੀ ਹੈ, ਪਹਿਲਾਂ ਕਿਹੜਾ ਆਪਣੀ ਨਰਾਇਣ ਨਾਲ ਵਿਆਹ ਕਰਾਇਆ ਸੀ? ਤੇ ਫਿਰ ਕਹਦੇ ਵੀ ਮੈਂ ਤਾਂ ਕਰਾਉਂਦੀ ਨਹੀਂ। ਐਂ ਕਰਾਉਂਦੀ ਕਿਉਂ ਨਹੀਂ ਹੈਗੀ, ਪਹਿਲਾਂ ਆਪਣੀ ਨਰਾਇਣ ਨਾਲ ਕਰਾਈ ਦੀ ਪਹਿਲਾਂ। ਐਂ ਤਾਂ ਕੀ ਉਹ ਕਰੂ ਜਦੋਂ ਹੁਣ ਤਾਂ ਆਪਣੀ ਚੱਲੂ। ਪਹਿਲਾਂ ਤਾਂ ਆਪਾਂ ਨੇ ਹੁਣ ਪੁੱਛਿਆ ਸੀ, ਜਦੋਂ ਆਪਾਂ ਕਹਿੰਦੇ ਤੇ ਵਿਆਹ ਕਰਾਉਣਾ, ਉਦੋਂ ਤਾਂ ਕਹਿੰਦੀ ਮੈਂ ਵਿਆਹ ਕਰਾਉਣਾ ਨਹੀਂ ਹਲੇ, ਕਰਾਉਣਾ ਬਾਪੂ ਪੜੂੰਗੀ। ਜਦੋਂ ਇੱਜ਼ਤ ਰੋਲਣ 'ਤੇ ਆਈ ਇੱਕ ਮਿੰਟ ਲਾਈ, ਮਿੰਟ ਲਾਇਆ, ਹੁਣ ਕਿੰਨਾ ਕੁ ਵਾਰੀ ਪੁੱਛੀ ਜਾਵੇਂਗੇ ਇਹਨੂੰ? ਬਹੁਤ ਠੀਕ ਹੈ ਫਿਰ। ਹਾਂ ਇਹਨੂੰ ਨਹੀਂ ਪੁੱਛਦੇ ਹੁਣ, ਆਪਾਂ ਆਪਦੀ ਮਰਜ਼ੀ ਨਾਲ ਕਰਾਂਗੇ ਹੁਣ। ਮੈਂ ਸਵੇਰੇ ਗੱਲ ਕਰਕੇ ਬਸ ਫਿਰ ਪੱਕ ਠੱਕ ਕਹਿ ਕੇ ਇਹਦਾ ਵੀ ਹਾਂ ਕਰ ਦੇਣਾ। ਹਾਂ ਕਰਦੀ ਵੀ ਐਤਵਾਰ ਨੂੰ ਆ ਜਾਓ ਦੋ ਬੰਦੇ ਭਾਈ। 35 ਸਾਲ ਦਾ, 40 ਸਾਲ ਦਾ, 40 ਸਾਲ ਦਾ, ਆਪਣਾ ਬੋਝ ਉਤਰ ਜੂਗਾ, ਆਪਣੀ ਜ਼ਿੰਮੇਵਾਰੀ ਉਤਰ ਜੂਗੀ। ਪਹਿਲੀ ਬਥੇਰੀ ਉਹ ਦੇਖਣ ਨੂੰ ਨਹੀਂ ਲੱਗਦਾ ਹੈਗਾ ਤਾਂ 40 ਸਾਲ ਦਾ। ਚੱਲ ਠੀਕ ਹੈ, ਹਾਂ ਵੀ ਵਧੀਆ ਚੱਲ ਆਪਦਾ। ਠੀਕ ਹੈ ਬਾਪੂ, ਠੀਕ ਹੈ। ਚੱਲ ਮੈਂ ਕਰਦਾ ਗੱਲ, ਕਰ ਲਈ ਗੱਲ। ਠੀਕ ਹੈ ਠੀਕ ਹੈ, ਹੋਰ ਪਰਾਂ ਵੱਢਾਂਗੇ ਫਾਹਾ। ਚੱਲ ਠੀਕ ਹੈ, ਚੰਗਾ ਮੈਂ ਜਾ ਕੇ ਆਉਣਾ ਪਿੰਡ 'ਚ, ਫਿਰ ਕਿਸੇ ਕੋਲ ਮਾੜਾ ਕੰਮ ਜਿਹਾ ਸੀ। ਜਾ ਜਾ ਮੈਂ ਪੰਡਤਾਂ 'ਤੇ ਜਾ ਕੇ ਆਉਣਾ। ਆ ਗਈ ਰਾਣੋ? ਹਾਂ ਮੈਂ ਆ ਗਈ। ਦੱਸ ਕੀ ਗੱਲ ਸੀ, ਕਿਵੇਂ ਇੰਨੀ ਕਾਲੀ ਕਾਲੀ 'ਚ ਬੁਲਾਇਆ ਮੈਨੂੰ? ਮੈਨੂੰ ਨਾ ਐਮਰਜੈਂਸੀ 'ਚ ਬੁਲਾਉਣਾ ਪਿਆ। ਹੁਣ ਕੀ ਗੱਲ ਹੋ ਗਈ? ਮੈਂ ਵੀਰੇ ਅਤੇ ਬਾਪੂ ਦੀ ਗੱਲਾਂ ਸੁਣ ਰਹੀ। ਹਾਂ ਉਹ ਮੇਰਾ ਵਿਆਹ ਮੇਰੇ ਤੋਂ 20 ਸਾਲ ਉਮਰ ਵੱਡੇ ਨਾਲ ਕਰਾਉਣਾ ਚਾਹੁੰਦੀ ਹਾਂ। ਮੈਂ ਨਹੀਂ ਉੱਥੇ ਵਿਆਹ ਕਰਾ ਸਕਦੀ, ਤੈਨੂੰ ਪਤਾ ਹੀ ਆ ਉਹ ਮੇਰੇ ਤੋਂ 20 ਸਾਲ ਵੱਡੇ ਨੇ, ਬਾਪੂ ਦੇ ਸਮਾਨ ਨੇ। ਅਤੇ ਵੀਰਾ ਤੇਰਾ ਬਹੁਤ ਵਧੀਆ ਦੋਸਤ ਆ, ਮੈਂ ਤਾਂ ਇਹ ਕਹਿੰਦੀ ਸੀ ਵੀ ਤੂੰ ਉਹਦੇ ਨਾਲ ਗੱਲ ਕਰ। ਇਹ ਤਾਂ ਯਾਰ ਬਹੁਤ ਵੱਡਾ ਧੋਖਾ ਕਰ ਰਹੇ ਨੇ ਤੇਰੇ ਨਾਲ, ਪਰ ਉਹਨਾਂ ਦਾ ਵੀ ਕੀ ਕਸੂਰ ਆ ਹੈ ਨਾ, ਬੰਦੇ ਨੂੰ ਸਭ ਕੁਛ ਕਰਨਾ ਪੈਂਦਾ ਜਦੋਂ ਉਹਦੀ ਮਜਬੂਰੀ ਹੋ ਜਾਵੇ, ਹੈ ਨਾ। ਮੰਨਿਆ ਮਜਬੂਰੀ ਹੋ ਗਈ ਆ, ਪਰ ਮੈਂ ਨਹੀਂ ਕੱਟ ਸਕਦੀ ਉਹਦੇ ਨਾਲ। ਚੱਲ ਕੋਈ ਨਾ ਰਾਣੋ, ਮੇਰਾ ਵਾਅਦਾ ਰਿਹਾ ਤੇਰੇ ਨਾਲ, ਮੈਂ ਜ਼ਰੂਰ ਤੇਰੀ ਮਦਦ ਕਰੂੰਗਾ, ਤੇਰੇ ਵੀਰੇ ਨਾਲ ਮੈਂ ਗੱਲ ਕਰੂੰਗਾ। ਉਹਨਾਂ ਨੂੰ ਐਂ ਕਹਿ ਦੀ ਜਿੱਥੇ ਮਰਜ਼ੀ ਹੋਰ ਵਿਆਹ ਕਰ ਦੇਣ, ਭਾਵੇਂ ਰੰਗ ਦਾ ਕਾਲਾ ਹੋਵੇ, ਕੁਛ ਵੀ ਨਾ ਆਉਂਦਾ ਹੋਵੇ, ਬੇਰੁਜ਼ਗਾਰ ਹੋਵੇ, ਉੱਥੇ ਕਰ ਦੇਣ। ਮੈਂ ਖੁਸ਼ੀ ਨਾਲ ਵਿਆਹ ਕਰਾ ਲਉਂਗੀ, ਪਰ ਉਸ ਨਾਲ ਨਹੀਂ ਕਰਾ ਸਕਦੀ ਹੈਗੀ, ਮੈਂ ਮਰ ਜੂੰ। ਚੱਲ ਠੀਕ ਹੈ, ਮੈਂ ਕੋਸ਼ਿਸ਼ ਕਰੂੰਗਾ। ਚੱਲ ਕੋਈ ਨਾ, ਤੂੰ ਜਾ ਚੰਗਾ। ਚੱਲ ਚੰਗਾ, ਬਾਕੀ ਰੱਬ ਤੇ ਭਰੋਸਾ ਰੱਖ, ਕਰ ਲਈ ਗੱਲ, ਰੱਬ ਸਭ ਕੁਛ ਠੀਕ ਕਰੂਗਾ। ਠੀਕ ਆ, ਕੋਈ ਗੱਲ ਨਹੀਂ, ਮੈਂ ਕਰੂੰਗਾ ਗੱਲ ਉਹਦੇ ਨਾਲ। ਠੀਕ ਹੈ, ਮੈਂ ਅੱਜ ਹੀ ਕਰਦਾ ਤੇਰੇ ਵੀਰੇ ਨਾਲ ਗੱਲ, ਮੈਂ ਤੁਹਾਡੇ ਘਰ ਹੀ ਆਉਣਾ। ਠੀਕ ਹੈ, ਸ਼ਾਮ ਤੱਕ। ਚੱਲ ਚੰਗਾ, ਕਰ ਲਈ ਗੱਲ। ਚੰਗਾ, ਕੋਈ ਗੱਲ ਨਹੀਂ, ਤੂੰ ਜਾ। ਇਹ ਵੀ ਵਿਚਾਰੀ ਨੇ ਕਿੱਡਾ ਵੱਡਾ ਧੋਖਾ ਕਰ ਰਹੇ ਨੇ, ਹੈ ਨਾ। ਪਰ ਮਾਂ ਬਾਪ ਦੀ ਮਜਬੂਰੀ ਹੋ ਜਾਂਦੀ ਆ ਜਦੋਂ ਧੀ ਕਿਸੇ ਕੰਮ ਦੀ ਨਾ ਨਿਕਲੀ। ਇਹਨੂੰ ਮੈਂ ਇੰਨਾ ਸਮਝਾਇਆ ਬਈ ਵਿੱਕੀ ਬੰਦਾ ਹੈ ਨਹੀਂ ਕੰਮ ਦਾ, ਪਰ ਇਹਨੇ ਉਦੋਂ ਮੇਰੀ ਇੱਕ ਨਹੀਂ ਮੰਨੀ। ਚੱਲ ਜੋ ਹੋ ਗਿਆ ਸੋ ਹੋ ਗਿਆ। ਹੁਣ ਹੋਰ ਵੀ ਗੱਗੇ ਕਿਵੇਂ ਆ? ਠੀਕ ਹੈ, ਸੌਖੀ, ਵਧੀਆ। ਹੋਰ ਫਸਲਵਾੜੀ ਕਿਵੇਂ ਆ? ਵਧੀਆ, ਸਾਂਭ ਗਿਆ ਫਸਲਵਾੜੀ ਦਾ ਨਵੇੜਤਾ। ਅੱਛਾ ਅੱਛਾ, ਕਿਵੇਂ ਨਿਕਲੀ ਕਣਕ? ਕਣਕ ਵਧੀਆ ਹੈ, ਪੂਰੀ ਟੋਪ ਦੀ ਨਿਕਲੀ ਇਹਦਾ। ਅੱਛਾ, ਤੂੜੀ ਤਾੜੀ ਵਧੀਆ ਹੋ ਗਈ? ਹਾਂ, ਤੂੜੀ ਵਧੀਆ ਹੋ ਗਈ। ਕਿਵੇਂ ਆਇਆ ਤੀ? ਮੱਕੀ ਮੁੱਕੀ ਬੀਜਤੀ ਫਿਰ? ਹਾਂ, ਮੱਕੀ ਦਾ ਬੀਜ 4 ਕਿੱਲੇ ਕਰਤੇ ਮੱਕੀ ਦੇ ਤਾਂ। ਮੈਂ ਤਾਂ ਉਈ ਆ ਗਿਆ ਸੀ ਇੱਧਰ, ਤੁਹਾਡੇ ਨਾਲ ਆਇਆ ਸੀ ਮੱਗਰ ਕੇ।
जवाब जा दे गए अच्छा। एक रिश्ता देखे कहना भी मैं ले लूंगा तलाक आला मुंडा है 40 साल की उम्र है 40 साल हाँ इन्ना यार ज्यादा धक्का हो जाए तू आप भी सोच अपनी राणू तो 20 साल दे सारी वो पर सुखी हल भी कोई है नहीं ना गल का हूँ कह रिश्ते मेरा दोस्त एक जग्गी और पिंड का वो भी कह छी तलाक होया थी वो राणू देहान का थी अच्छा वो जवाब देगा कहना भाई मैं तो लेंदा नहीं यार अपनी यारी दोस्ती इस बार एक दो रिश्ते जो होर आए थे वो तेन पता यार बदनामी जी लग जाए गिर दाग वो दोबारे उतरता नहीं होंगे बस वो करके वो तो भाई मैं तेरी गल सारी समझना यार तू आप सोच राणू अपनी 20 साल की मुंडा कहना तू 40 साल का वो तो प्यों के बराबर है अपने बापू की उम्र भी हूँ 40-45 साल आ तू कहना मुंडे की 40 साल यार अं तो चंगा नहीं लगता है ना कुड़ी कि घरे बिना बिठाई नहीं जाती फिर कोई ना भाई मिल जूगा रिश्ता मेरी निगाह च बहुत सारे मुंडे ने ना कुआरे मुंडे ने वधिया पर जमीन घट मिलूगी अ अपनी गल बात हो जाती तुरपा दी मैं बी हजे भी कहना भी डुले बेरा का कुछ नहीं बिगड़िया ना ना बी हूं जमान दे सौदे ने बापू ने हां ना करिए मैं बिच है ਬੰਤਵ ਚੋਲਾ ਆਇਆ ਸੀ ਅੱਛਾ ਅੱਛਾ ਉਹਦੇ ਨਾਲ ਬਾਪੂ ਨੇ ਹਾਂ ਨਾ ਕਰੀਏ ਚੱਲ ਬਈ ਹੁਣ ਤਾਂ ਤੁਹਾਡੀ ਮਰਜ਼ੀ ਆ ਹੈ ਕੁੜੀ ਨਾ ਧੱਕਾ ਹੀ ਆ ਵੈਸੇ ਉਹ ਚੱਲ ਧੱਕਾ ਤੁੱਕਾ ਕੀ ਹੈ ਯਾਰ ਹੁਣ ਬਾਪੂ ਦੀ ਮੈਂ ਮਟਾਲ ਨਹੀਂ ਸਕਦਾ ਹੈਗਾ ਬਾਪੂ ਕਹਿੰਦਾ ਪਹਿਲਾਂ ਖੇ ਹੋ ਗਈ ਵੀ ਹੁਣ ਨਾ ਕੋਈ ਗੜਬੜ ਹੋ ਜੇ ਇੱਜ਼ਤ ਨਾ ਰੁੱਲ ਜੇ ਐਂ ਤਾਂ ਮਾਪਿਆਂ ਨੂੰ ਹੁੰਦਾ ਹੀ ਆ ਫਿਰ ਬਾਪੂ ਮਾਂ ਜਿਵੇਂ ਤੈਨੂੰ ਠੀਕ ਲੱਗਦਾ ਕਰ ਲੈ ਹੁਣ ਇਸ ਕਰਕੇ ਫਿਰ ਮੈਂ ਬਾਪੂ ਦੀ ਗੱਲ ਟਾਲੀ ਹੋਰ ਪਹਿਲਾਂ ਹੀ ਨਹੀਂ ਰਾਣੋ ਨੇ ਦਿਮਾਗ ਤੋਂ ਕੰਮ ਲੈਤਾ ਉਹ ਪਹਿਲਾਂ ਯਾਰ ਸੁੱਖੀ ਖੇ ਕਰਤੀ ਸਾਡੀ ਅਸੀਂ ਨੇ ਬਹੁਤ ਵਧੀਆ ਟੌਪ ਦਾ ਰਿਸ਼ਤਾ ਤੋੜਿਆ ਤੇ ਇਹਦੇ ਵਾਸਤੇ ਅੱਛਾ ਉਦੋਂ ਤਾਂ ਕਹਿੰਦੀ ਮੈਂ ਕਰਾਉਣਾ ਨਹੀਂ ਹੈਗਾ ਹਾਂ ਮੈਂ ਤਾਂ ਪੜੂੰਗੀ ਜਿਹੜੇ ਬਾਪੂ ਪਤਾ ਪੜੂੰਗੀ ਹਲੇ ਮਾਂ ਚੱਲ ਭਾਈ ਪੜਦਾ ਹੁਣ ਮੈਨੂੰ ਕੀ ਪਤਾ ਵੀ ਪੜਦੀ ਆ ਖੇ ਕਰ ਜੂਗੇ ਹੁਣ ਆਪਦੀਆਂ ਕਰੀਆਂ ਆਪੇ ਭੁਗਤਣ ਲੱਗ ਰਹੀ ਹੈ ਫਿਰ ਹੁਣ ਕੀ ਇਲਾਜ ਹੈ ਕੋਈ ਇਹ ਤਾਂ ਗੱਲ ਤੇਰੀ ਸਹੀ ਆ ਹੋਰ ਹੁਣ ਤਾਂ ਕੋਈ ਹੱਲ ਨਹੀਂ ਹੈਗਾ ਸੁੱਖੀ ਜੇ ਪਹਿਲਾਂ ਆ ਜਾਂਦਾ ਚੱਲ ਮੈਂ ਕਰ ਲਾਂਗਾ ਕੋਈ ਹੱਲ ਹੁਣ ਤਾਂ ਜਮਾਨ ਦੇ ਵੀ ਸੌਦੇ ਹੁੰਦੇ ਨੇ ਨਾ ਕੋਈ ਨਾ ਵਧੀਆ ਹਾਂ ਚਲੋ ਜੋ ਇਹਦੀ ਕਿਸਮਤ ਆ ਫਿਰ ਉਹੀ ਮਿਲਣਾ ਹੈ ਨਾ ਅਸਲ ਤਾਂ ਗੱਲ ਕਿਸਮਤ ਹੀ ਨਹੀਂ ਕਿਸਮਤ ਦੀਆਂ ਹੁੰਦੀਆਂ ਸਾਰੀਆਂ ਗੱਲਾਂ ਦਾ ਹਾਂ ਹੋਰ ਦੱਸ ਤੂੰ ਚਾਹ ਪਾਣੀ ਤਾਂ ਬਣਵਾ ਦਾ ਨਹੀਂ ਕੁੱਟਾ ਬਸ ਚਾਹ ਤਾਂ ਮੈਂ ਪੀ ਕੇ ਆਇਆ ਇੱਧਰ ਹੁਣ ਤੇਰਾ ਗਵਾਂਢੀਆਂ ਦੇ ਅੱਛਾ ਅੱਛਾ ਹੋਰ ਸਭ ਠੀਕ ਠਾਕ ਆ ਹਾਂ ਠੀਕ ਠਾਕ ਬਾਪੂ ਕਿਵੇਂ ਗੋਡੇ ਗਾਡੇ ਠੀਕ ਨੇ ਉਹਦੇ ਹੁਣ ਹਾਂ ਠੀਕ ਨੇ ਹੁਣ ਤਾਂ ਦਵਾਈ ਜੀ ਚੱਲੀ ਜਾਂਦੀ ਹੈ ਅੱਛਾ ਅੱਛਾ ਹਾਂ ਕਿਵੇਂ ਚਰੀ ਚੁਰੀ ਹੋ ਗਈ ਵਧੀਆ ਹਾਂ ਚਰੀ ਵਧੀਆ ਹੋ ਗਈ ਬੀਜ ਤੇ ਹਾਂ ਬੀਜ ਤੇ ਸਰਮ ਵਾਲੇ ਚ ਕਰ ਬਹੁਤ ਬਹੁਤ ਖੰਡਿਆ ਤੀ ਫਿਰ ਨਹੀਂ ਪੌਦਾ ਲਿਖਣੇ ਆਉਣੀਆਂ 2-4 ਦਿਨਾਂ 'ਚ ਕਿਹੜੀ ਖਣਿਆਵਾਂਗੇ ਦੇਖਦੇ ਹਾਂ 1847 ਜੀ ਆਈ ਹੈ ਇਤਕੀ ਅੱਛਾ ਅੱਛਾ 212 ਜੀ ਖਣਿਆਵਾਂਗੇ ਅੱਛਾ ਅੱਛਾ ਹਾਂ ਉਹ ਕਰਾਂਗੇ ਵਧੀਆ ਹੋਰ ਚੱਲ ਬਸ ਠੀਕ ਆ ਸਭ ਚੱਲ ਫਿਰ ਹੁਣ ਤਾਂ ਹਲੇ ਹੈ ਨਹੀਂ ਕੋਈ ਸੁੱਖੀ ਚੱਲ ਕੋਈ ਨਾ ਮੈਂ ਤਾਂ ਕਹਿੰਦਾ ਵੀ ਚਲੋ ਉਰੇ ਵੀ ਜੇ ਪਰਮਾਤਮਾ ਨੇ ਸੁੱਖ ਰੱਖੀ ਬਸ ਜੇ ਵਧੀਆ ਗੱਲ ਹੈ ਹੈਂ ਹੁਣ ਬਿੰਦੇ ਬਿੰਦੇ ਦਾ ਕਰਦੇ ਸੋਹਣੇ ਵੀ ਨਹੀਂ ਲੱਗਦੇ ਇੱਜ਼ਤ ਰੁੜਦੀ ਸਾਡੀ ਵੀ ਗਾਹਾਂ ਮੈਨੂੰ ਵੀ ਧੱਕਾ ਲੱਗਦਾ ਮੇਰੇ ਕੋਲ ਬਸ ਤਾਂ ਹੀ ਆ ਹੁਣ ਤਾਂ ਚਾਹ ਵੱਡੇ ਬੰਦੇ ਦੀ ਉਮਰ ਵੱਡੀ ਹੈ ਕੋਈ ਚੱਕਰ ਨਹੀਂ ਹਨਾ ਹਾਂ ਹਾਂ ਐ ਵੀ ਜਿਆਦਾ ਨਸ਼ੇ ਪੱਤੇ ਵਾਲਾ ਹੋਵੇ ਕੋਈ ਹਨਾ ਨਾ ਨਸ਼ੇ ਪੱਤੇ ਦਾ ਵਿਚੋਲੇ ਨੇ ਲਈ ਹੈ ਜ਼ਿੰਮੇਵਾਰੀ ਵਧੀਆ ਆਪੀ ਵਿੱਚ ਹੀ ਹਰਾਲ ਜੂਗਾ ਹਾਂ ਹਾਂ ਜਦੋਂ ਹੁਣ ਜਾਣ ਲੱਗ ਗਿਆ ਹਾਂ ਹਾਂ ਬਾਕੀ ਮੈਨੂੰ ਵੀ ਧੱਕਾ ਪੈਂਦਾ ਸੁੱਖੀ ਇਹ ਗੱਲ ਦਾ ਮੇਰਾ ਰਿਸ਼ਤਾ ਹੋਣਾ ਨਾ ਹਾਂ ਇਹ ਤਾਂ ਗੱਲ ਹੈਗੀ ਕਹਿਣਗੇ ਵੀ ਕੁੜੀ ਘਰੇ ਬਿਠਾ ਰੱਖੀ ਹੈ ਆਪਦੇ ਘਰੇ ਹੱਸੂ ਹੱਸੂ ਹਨਾ ਹਾਂ ਚੱਲ ਠੀਕ ਹੈ ਮੈਂ ਚੱਲਦਾ ਹਾਂ ਠੀਕ ਹੈ ਚੰਗਾ ਚੰਗਾ पता नहीं सुखी ने गल करी है कि ना उस दिन आया था सी ना उन्हें मैंने दसिया फोन करके चल ऐ कर दी फोन ला दूंगी उस दिन की गल हुई है हेलो हेलो हाँ रानू कैसे ਮੈਂ ਤਾਂ ਠੀਕ ਹਾਂ ਮੇਰੀ ਗੱਲ ਸੁਣ ਮੈਂ ਤੈਨੂੰ ਕਿ ਕੰਮ ਗਿਆ ਸੀ ਆਹੋ ਉਹ ਤਾਂ ਮੈਂ ਆ ਕੇ ਤਾਂ ਗਿਆ ਸੀ ਤੇਰੇ ਵੀਰ ਕੋਲੇ ਤੂੰ ਤਾਂ ਮੈਨੂੰ ਦੱਸਿਆ ਹੀ ਨਹੀਂ ਹੈਗਾ ਨਹੀਂ ਮੈਂ ਕੱਲ੍ਹ ਹੀ ਆ ਕੇ ਗਿਆ ਹਜੇ ਤੂੰ ਹੁਣ ਹੀ ਨਹੀਂ ਕਰੇ ਕਿਤੇ ਇੱਧਰ ਉਹਦੇ ਸੁੱਤੀ ਸੱਤੀ ਨਾ ਪਈ ਹੋਵੇ
की बनया फिर वो बनना की सी मैं तो पूरी कोशिश की अपने मन वह मनिया नहीं कहना हूँ मेरे बापू ने रिश्ता करता कहना हूँ वो भी इज्जत का सवाल आ कहना किमें जवाब दईए बाकी कहना उ गल करी जाना कहना साड़ी खेह करती इन्हें ऐ करता कहना भी असं किसी ने मूँह दिखाने जोगे नहीं सन तो हम काली काली ने ब्याह करना पऊ कहना साड़ी भी जिम्मेवारी है है ना साड़ी कहना पिंड च बेइज्जती हो जाती भी इन्हें कुड़ी घर बैठी ऐ करता चल मैं मानती हाँ तेरी गल्ला सही ने पर हूँ मैं भी की करा मेरा कड़ा जी करता हूँ 20 साल व्डा आ भी तो देख पता नहीं मेरी वो गलती है सारी जे मैं आह गलती ना करती ना आ दिन ना देखने पैंदे बस हूँ मैं की कर सकता रहा हूँ तो तेन कौड़ा कुट भरना ही पेगा मेरा तो जी करता मैं कुछ खा के मर बस जो तेरी किस्मत च लिखा सी ना उ होना सी चल ठीक है बाकी कोई ना रब ते भरोसा रख रब दे घर देर आंधेर नहीं है ना हौली हौली आपी सब कुछ ठीक हो जूगा जे चंगे दिन नहीं ना रहे ये माड़े दिन भी नहीं रहेंगे दुख सुख तो जिंदगी का अंग ने ना सदा सुख रहन ना सदा दुख रहन ठीक है रब ते भरोसा रख बस सब कुछ ठीक कर दूगा ठीक है यार रख दिया मैं फोन चंगा ओके वाह देव चोलिया आ रंग लाते देव ने तो आह हाँ चक्के देख लीए वाह भी वाह कि सोहनी लियाती ओए देव आता रंग लाते देव पिछली उम्र च आ कुछ कि सोहनी हो भागवान ने मैं तेरा प्यार कर मेरा प्यार कर तू प्यार दिया गल्ला कर बौलिए अज प्यार दा दिन है मैं कोई प्यार दिया गल्ला नहीं करनी है क्यों मैं तेन पसंद ही नहीं है किंदा सोहना मैं दिखा नहीं तुसी मैनू जमा पसंद नहीं है क्यों पसंद क्या मैं तेन इन्ना प्यार करदा मैं तेरे पसंद नहीं है तू मैनू प्यार कर मैनू हाथ लाने की लोड़ नहीं क्यों मैं तेन प्यार करना मैं तेन कुछ जुलम तो नहीं करता ਤੁਹਾਨੂੰ ਪਤਾ ਹੈ ਨਾ ਕੀ ਕਾਰਨ ਹੈ ਕੀ ਕਾਰਨ ਹੈ ਮੈਨੂੰ ਵੀ ਦੱਸ ਦੇ ਆਪਾਂ ਪੈਨੇ ਆਪਾਂ ਪੈ ਕੇ ਗੱਲਾਂ ਕਰਦੇ ਹਾਂ ਪੈ ਜਾ ਮੇਰੀ ਗੱਲ ਸੁਣ ਲਓ ਮੈਂ ਕੋਈ ਸੰਬੰਧ ਨਹੀਂ ਬਣਾਉਣੇ ਹੈਗੇ ਲੱਗੀ ਸਮਝ ਤੁਸੀਂ ਮੇਰੇ ਤੋਂ 20 ਸਾਲ ਵੱਡੇ ਹੋ ਉਹ ਵੀ ਮੇਰੇ ਬਾਪੂ ਦੇ ਹਾਣ ਦੇ ਫਿਰ 20 ਸਾਲ ਵੱਡੇ ਫਿਰ ਪਿਆਰ ਤਾਂ ਪਿਆਰ ਹੀ ਹੁੰਦਾ 20 ਸਾਲ ਦੇ ਜਿਹੜਾ ਵੱਡਾ ਤੋਂ ਪਿਆਰ ਨਹੀਂ ਕਰ ਸਕਦਾ ਮੈਨੂੰ ਨਹੀਂ ਲੋੜ ਇਹੋ ਜਿਹੇ ਪਿਆਰ ਦੀ ਇਹ ਤਾਂ ਮੇਰੀ ਮਜਬੂਰੀ ਹੈ ਇੱਕ ਤਰ੍ਹਾਂ ਦੀ ਚੱਲ ਕੋਈ ਗੱਲ ਨਹੀਂ ਇਹ ਗੱਲ ਆਪਾਂ ਸਵੇਰੇ ਕਰਾਂਗੇ ਤੂੰ ਪੈ ਸਮਝ ਨਹੀਂ ਲੱਗਦੀ ਹੈਗੀ ਸਮਝ ਗਈ ਮੈਨੂੰ ਸਵੇਰੇ ਦੱਸੀ ਹੁਣ ਆਪਾਂ ਪੈਨੇ ਆਪਾਂ ਗੱਲਾਂ ਕਰਦੇ ਹਾਂ ਤੁਸੀਂ ਨਾ ਮੇਰੇ ਬਾਪੂ ਦੇ ਹਾਣ ਦੇ ਹੋ ਠੀਕ ਹੈ ਕੋਈ ਗੱਲ ਨਹੀਂ ਬਾਪੂ ਆਉਂ ਮਾਰ ਅੱਡ ਪੈਸੇ ਮੈਂ ਤੈਨੂੰ ਪਿਆਰ ਕਰਦਾ ਤੂੰ ਕਿਉਂ ਨਹੀਂ ਕਰਦੀ ਮੈਨੂੰ ਪਿਆਰ ਆਇਓ ਰੱਬਾ ਕਿਉਂ ਨਹੀਂ ਸਮਝ ਲੱਗਦੀ ਹੈਗੀ ਤੇਰਾ ਚੰਨ ਵਰਗਾ ਮੁੱਖੜਾ ਦੇਖ ਕਿੰਨਾ ਸੋਹਣਾ ਮੈਂ ਤਾਂ ਵਿਚੋਲੇ ਦੇ ਕੇਕ ਦਾ ਮੱਥਾ ਜੀ ਨਹੀਂ ਮੈਨੂੰ ਇੰਨੀ ਸੋਹਣੀ ਲਿਆਤੀ 40 ਸਾਲ ਦੀ ਮੇਰੀ ਉਮਰ ਹੋ ਗਈ ਆਹ ਲਿਆਤੀ ਮੈਨੂੰ 20 ਸਾਲ ਦੀ ਦੇਖੋ ਜੀ ਮੇਰੇ ਮਾਪਿਆਂ ਨੇ ਮੇਰੇ ਨਾਲ ਧੋਖਾ ਕੀਤਾ ਜ਼ਬਰਦਸਤੀ ਵਿਆਹ ਕਰਾਇਆ ਤੁਸੀਂ ਮੇਰੇ ਜਮਾਂ ਪਸੰਦ ਨਹੀਂ ਹੈਗੇ ਕੋਈ ਗੱਲ ਨਹੀਂ ਉਹ ਤਾਂ ਆਪਾਂ ਤੜਕੇ ਹੀ ਗੱਲ ਕਰ ਹੁਣ ਤਾਂ ਬਹਿ ਜਾ ਨਹੀਂ ਮੈਂ ਕੋਈ ਸਮਝ ਨਹੀਂ ਲੱਗਦੀ ਤੁਹਾਨੂੰ ਚੱਲ ਮੈਂ ਦੁੱਧ ਲੈ ਕੇ ਆਉਣਾ ਫਿਰ ਮੈਂ ਤੇ ਨਾਲ ਕਰਨਾ ਗੱਲਾਂ ਦੁੱਧ ਪੀ ਕੇ ਆਪਾਂ ਗੱਲਾਂ ਕਰਦੇ ਕਿੰਨੀ ਸੋਹਣੀ ਲਿਆਤੀ ਉਹ ਦੇਹ ਜਾਉਂਦਾ ਰਹੇ ਓਏ ਇਹਦੇ ਨਾਲ ਮੇਰਾ ਕੀ ਮੇਲ ਆ ਇਹ ਮੇਰੇ ਤੋਂ 20 ਸਾਲ ਵੱਡਾ ਆ ਮੈਨੂੰ ਕਹਿੰਦਾ ਸੰਬੰਧ ਬਣਾ ਮੈਂ ਤਾਂ ਸੁਣਨਾ ਕਿਵੇਂ ਸੰਬੰਧ ਬਣਾ ਸਕਦੀ ਹਾਂ ਕਿਉਂਕਿ ਇਹ ਮੇਰੇ ਪਾਪੂ ਦੇ ਹਾਣ ਦਾ ਹੇ ਰੱਬਾ ਮੈਂ ਕੀ ਕਰਾਂ ਇਹ 'ਚ ਮੇਰੇ ਮਾਪਿਆਂ ਦਾ ਵੀ ਕੀ ਕਸੂਰ ਕਸੂਰ ਤਾਂ ਮੇਰਾ ਆ ਜੇ ਮੈਂ ਧੋਖਾ ਨਾ ਦਿੰਦੀ ਨਾ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ ਨਾ ਮੈਂ ਘਰਦੀ ਰਹੀ ਨਾ ਘਰ ਨਾ ਜ਼ਿੰਦਗੀ ਤਾਣਨ ਮੈਂ ਮਾਰੀ ਜਾਂਦੀ ਜੇ ਮੈਂ ਇਹਦੇ ਨਾਲ ਜ਼ਿੰਦਗੀ ਬਿਤਾਈ ਮੇਰੀ ਜ਼ਿੰਦਗੀ ਨਰਕ ਹੋ ਜੂਗੀ ਮੈਂ ਕੁਛ ਨਾ ਕੁਛ ਖਾ ਕੇ ਮਰ ਜਾਂਦੀ ਦੇਖਦੀ ਹਾਂ ਜੇ ਕੁਛ ਪਿਆ ਹੋਊ ओवरडोज ले लेनी है।
ਪਾਗਬਾਨੇ ਆ ਦੁੱਧ ਲਿਆ ਥੇ ਲੈ ਚਲੂ ਚਾ ਪਾ ਕੇ ਜਦੋਂ ਤਾਂ ਮੈਂ ਪੈਣ ਨੂੰ ਕਹਿੰਦੇ ਜਦੋਂ ਤਾਂ ਪਈ ਨਹੀਂ ਹੁਣ ਕੱਲੀ ਹੋਈ ਪੈ ਗਈ ਪਾਗਬਾਨੇ ਕੀ ਹੋ ਗਿਆ ਇਹਨੂੰ ਗੋਲੀ ਖਾ ਲਈ ਯਾਰ ਇਹਨੇ ਜਿਹੜੀ ਗੋਲੀ ਮੈਂ ਖਾਂਦਾ ਨੀਂਦ ਵਾਲੀ ਉਹ ਖਾ ਲਈ ਕਿੱਥੇ ਮੈਨੇ ਗੋਲੀਆਂ ਉਹ ਤੇਰੀ ਓਵਰਡੋਜ ਗੋਲੀ ਲੈ ਲਈ ਇਹਨੇ ਮੇਰੀ ਜ਼ਿੰਦਗੀ ਫੇਰ ਤਬਾਹ ਹੋ ਗਈ ਮਸਾਂ ਬਜੋਦੇ ਨੇ ਮੇਰਾ ਕੰਮ ਕਰ ਰਿਹਾ ਸੀਗਾ ਫੇਰ ਮੈਂ ਨਾਕੇ ਫੇਰ ਦੁਬਾਰੇ ਵੱਗ ਗਿਆ ਪਰ ਦੇਖ ਤਾਂ ਵੀ ਕੀ ਕਸੂਰ ਹੈ ਸ਼ਰਮ ਤਾਂ ਮੈਨੂੰ ਆਉਣੀ ਚਾਹੀਦੀ ਸੀ ਜਿਹੜਾ ਮੈਂ ਆਪਣੀ ਕੁੜੀਆਂ ਅਤੇ ਸਮਾਜ ਦੇ ਨਾਲ ਵਿਆਹ ਕਰਾਉਂਦਾ ਸੀਗਾ ਇਹਦਾ ਵੀ ਕੀ ਕਸੂਰ ਚਲੋ ਜਿਹੜੀ ਜਿਹੜੇ 'ਚ ਰੋਟੀ ਲਿਖੀ ਉਹ ਤਾਂ ਖਾਣੀ ਪਊਗੀ ਆਹੀ ਕਰਮਾਂ ਦੇ ਵਿੱਚ ਸੀ ਦੋਸਤੋ ਮਾਂ ਬਾਪ ਆਪਣੇ ਬੱਚਿਆਂ ਨੂੰ ਹੱਦ ਤੋਂ ਵੱਧ ਪਿਆਰ ਕਰਦੇ ਹੁੰਦੇ ਹਨ ਅਤੇ ਉਹ ਕਦੇ ਵੀ ਆਪਣੇ ਬੱਚਿਆਂ ਨੂੰ ਧੋਖਾ ਨਹੀਂ ਦਿੰਦੇ ਪਰ ਕਈ ਵਾਰ ਬੱਚੇ ਹੀ ਖਾਸ ਕਰ ਕੁੜੀਆਂ ਮੁੰਡਿਆਂ ਦੇ 4-5 ਮਹੀਨਿਆਂ ਦੇ ਪਿਆਰ ਵਿੱਚ ਅੰਨੀਆਂ ਹੋ ਕੇ ਆਪਣੇ ਮਾਂ ਬਾਪ ਦੇ 20-22 ਸਾਲ ਦੇ ਪਿਆਰ ਨੂੰ ਭੁਲਾ ਕੇ ਉਹਨਾਂ ਨੂੰ ਧੋਖਾ ਦੇ ਦਿੰਦੀਆਂ ਹਨ ਅਤੇ ਆਪਣੇ ਪਿਓ ਦੀ ਪੱਗ ਨੂੰ ਲੀਰੋ ਲੀਰ ਕਰ ਦਿੰਦੀਆਂ ਹਨ ਪਰ ਆਖਰ ਜਦੋਂ ਉਹਨਾਂ ਨੂੰ ਅੱਗੇ ਜਾ ਕੇ ਮੁੰਡੇ ਵੱਲੋਂ ਧੋਖਾ ਮਿਲਦਾ ਹੈ ਤਾਂ ਉਹ ਫਿਰ ਮਜਬੂਰ ਹੋ ਕੇ ਆਪਣੇ ਮਾਂ ਪਿਓ ਕੋਲ ਹੀ ਆ ਜਾਂਦੀਆਂ ਹਨ ਉਦੋਂ ਤੱਕ ਉਹ ਸਾਰੇ ਪਿੰਡ ਵਿੱਚ ਬਦਨਾਮ ਹੋ ਚੁੱਕੀਆਂ ਹੁੰਦੀਆਂ ਹਨ ਮਾਂ ਬਾਪ ਵੀ ਆਪਣੀ ਇੱਜ਼ਤ ਬਚਾਉਣ ਲਈ ਜਿਹੋ ਜਿਹਾ ਉਹਨਾਂ ਨੂੰ ਰਿਸ਼ਤਾ ਮਿਲਦਾ ਹੈ ਉਹੋ ਜਿਹਾ ਕਰ ਦਿੰਦੇ ਹਨ ਫਿਰ ਉਹਨਾਂ ਕੁੜੀਆਂ ਦੇ ਪੱਲੇ ਪਛਤਾਵੇ ਜਾਂ ਖੁਦਕੁਸ਼ੀ ਤੋਂ ਸਿਵਾਏ ਕੁਝ ਨਹੀਂ ਬਚਦਾ ਕਿਉਂਕਿ ਮਾਂ ਬਾਪ ਨਾਲ ਧੋਖਾ ਕਰਨ ਵਾਲੇ ਹਰ ਇਨਸਾਨ ਨੂੰ ਅੱਗੇ ਜਾ ਕੇ ਵੀ ਧੋਖੇ ਹੀ ਮਿਲਦੇ ਹਨ ਇਸ ਕਰਕੇ ਆਪਣੇ ਮਾਂ ਬਾਪ ਨਾਲ ਕਦੇ ਵੀ ਕਿਸੇ ਵੀ ਪ੍ਰਕਾਰ ਦਾ ਧੋਖਾ ਨਾ ਕਰੋ ਕਿਉਂਕਿ ਉਹ ਤੁਹਾਡੇ ਲਈ ਰੱਬ ਦੇ ਸਮਾਨ ਹਨ ਰੱਬ ਦੀ ਤਰ੍ਹਾਂ ਉਹਨਾਂ ਦੀ ਪੂਜਾ ਕਰੋ ਕਿਉਂਕਿ ਉਹਨਾਂ ਨੇ ਤੁਹਾਨੂੰ ਜੱਗ ਦਿਖਾਇਆ ਹੈ